ਜਿੱਥੇ ਬੱਚਿਆਂ ਨੂੰ ਕਿਤਾਬਾਂ ਦਾ ਗਿਆਨ ਹੁੰਦਾ ਹੈ ਉਹਦੇ ਨਾਲ ਨਾਲ ਪ੍ਰੈਕਟੀਕਲ ਤੌਰ ਦੇ ਉੱਤੇ ਸਮਾਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਵੈਸੇ ਵਿਸ਼ਾ ਇਕੱਲੀ ਪੜ੍ਹਾਈ ਦਾ, ਕਿਉਂਕਿ ਅਸੀਂ ਕਾਲਜ ਦੇ ਬੱਚਿਆਂ ਨੂੰ ਸੰਬੋਧਨ ਕਰ ਰਹੇ ਹਾਂ। ਮੇਰੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਸਾਰੀਆਂ ਗੱਲਾਂ ਤੋਂ ਪਿੱਛੇ ਹਟ ਕੇ ਬੱਚਿਆਂ ਨੂੰ ਸੰਦੇਸ਼ ਦੇਣ ਤੱਕ ਸੀਮਿਤ ਰਹਾਂ। ਪਰ ਕੁਛ ਗੱਲਾਂ ਐਸੀਆਂ ਹੋ ਜਾਂਦੀਆਂ ਨੇ ਕਿ ਜਿਹੜੀਆਂ ਬੱਚਿਆਂ ਨੂੰ ਕਿਤਾਬੀ ਗਿਆਨ ਤੋਂ ਉੱਤੇ ਉੱਠ ਕੇ ਕਰਨ ਦੀ ਲੋੜ ਪੈਂਦੀ ਹੈ ਸਮਾਜ ਦੇ ਵਿੱਚ ਵਿਚਰਨ ਵਾਸਤੇ, ਸਮਾਜ ਦੇ ਵਿੱਚ ਤਕੜਾ ਕਰਨ ਵਾਸਤੇ, ਕਿਉਂਕਿ ਇਹਨਾਂ ਬੱਚਿਆਂ ਨੇ ਇਸ ਸਮਾਜ ਨੂੰ ਅਗਵਾਈ ਦੇਣੀ ਹੈ, ਇਸ ਸਮਾਜ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ, ਤਾਂ ਹੀ ਸਾਡਾ ਸਮਾਜ ਤਰੱਕੀ ਕਰ ਜਾਵੇ। ਬਹੁਤ ਵੱਡੇ ਮੁੱਦੇ ਨੇ। ਮੇਰੇ ਤੋਂ ਪਹਿਲਾਂ ਮੈਡਮ ਜਸਵੀਰ ਨੇ ਵੀ ਆਖਿਆ ਕਿ ਜਿਹੜੇ ਸਾਡੀਆਂ ਧੀਆਂ ਨੇ ਇਹ ਕਿਸੇ ਨਾਲੋਂ ਘੱਟ ਨਹੀਂ, ਸਾਡੀਆਂ ਧੀਆਂ ਨੇ ਬਹੁਤ ਤਰੱਕੀ ਕੀਤੀ ਔਰ ਬਹੁਤ ਤਰੱਕੀ ਕਰਨੀ ਹੈ। ਔਰ ਮੈਨੂੰ ਖੁਸ਼ੀ ਵੀ ਹੈ ਕਿ ਸਾਡੇ ਜਿਹੜੀ ਸਮਾਜ ਹੈ ਉਹਦੀ ਸੋਚ ਹੈ ਜਿਹੜੀ ਬਹੁਤ ਬਦਲਦੀ ਜਾ ਰਹੀ ਹੈ। ਬਹੁਤ ਥਾਵਾਂ ਦੇ ਉੱਤੇ ਚਾਹੇ ਪਹਿਲਾਂ ਅਸੀਂ ਆਪਾਂ ਸਾਰੇ ਇਕੱਲੇ ਇਲਾਕੇ ਨਾਲ ਸਹਿਮਤ ਰਹੇ, ਅੱਜ ਲਗਭਗ ਲੁਧਿਆਣੇ ਜ਼ਿਲ੍ਹੇ ਤੱਕ ਸਾਨੂੰ ਜਾਣ ਦਾ ਮੌਕਾ ਮਿਲ ਰਿਹਾ। ਉਸ ਇਲਾਕੇ ਦੇ ਵਿੱਚ ਵੀ ਬੜੇ ਨਾਮਵਰ ਕਾਲਜ ਨੇ ਜਿੱਥੇ ਇਕੱਲੀਆਂ ਲੜਕੀਆਂ ਵਿੱਦਿਆ ਲੈ ਰਹੀਆਂ ਨੇ, ਉਹਨਾਂ ਕਾਲਜਾਂ ਦੇ ਵਿੱਚ ਵੀ ਦੇਖਣ ਦਾ ਮੌਕਾ ਮਿਲਿਆ, ਸੁਣਨ ਦਾ ਮੌਕਾ ਮਿਲਿਆ, ਕੁਛ ਕਹਿਣ ਦਾ ਵੀ ਮੌਕਾ ਮਿਲਿਆ। ਪਰ ਉਹਦੇ ਨਾਲ ਨਾਲ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ, ਸਾਡੇ ਜਿਹੜਾ ਦੇਸ਼ ਦਾ ਜਾਂ ਪੰਜਾਬ ਦਾ ਇਹ ਸਿਸਟਮ ਹੈ ਜਿਹੜਾ ਬਹੁਤ ਉਲਝਿਆ ਹੋਇਆ, ਇਹਨਾਂ ਨੂੰ ਚੰਗੇ ਬੰਦਿਆਂ ਦੀ ਲੋੜ ਹੈ ਔਰ ਚੰਗੇ ਕਿਰਦਾਰਾਂ ਦੀ ਲੋੜ ਹੈ। ਸਭ ਤੋਂ ਪਹਿਲਾਂ ਸਾਨੂੰ ਵਿੱਦਿਆ ਦੇ ਨਾਲ ਨਾਲ ਚੰਗੇ ਇਨਸਾਨ ਬਣਨ ਦੀ ਲੋੜ ਹੈ, ਚੰਗੀ ਸੋਚ ਅਪਣਾਉਣ ਦੀ ਲੋੜ ਹੈ, ਚੰਗੇ ਰਸਤੇ 'ਤੇ ਚੱਲਣ ਦੀ ਲੋੜ ਹੈ, ਚੰਗੇ ਰਸਤੇ 'ਤੇ ਆਪਣੇ ਇਰਦ ਗਿਰਦ ਉਹਨੂੰ ਚਲਾਉਣ ਦੀ ਲੋੜ ਹੈ, ਕਿਉਂਕਿ ਇਸ ਗੱਲ ਤੋਂ ਬਿਨਾਂ ਸਾਡਾ ਜਿਹੜਾ ਸਮਾਜ ਹੈ, ਸਾਡਾ ਸੂਬਾ ਹੈ, ਸਾਡਾ ਦੇਸ਼ ਹੈ, ਸਾਡਾ ਪਿੰਡ ਹੈ, ਇਹ ਬਚ ਨਹੀਂ ਸਕਦਾ। ਲੰਬੇ ਸਮੇਂ ਤੋਂ ਲੈ ਕੇ ਆਪਾਂ ਸਾਰੇ ਦੇਖਦੇ ਆ ਰਹੇ ਹਾਂ, ਕਿਉਂਕਿ ਅਸੀਂ ਤਾਂ ਇੱਕ ਬੜੀ ਪਰਮਾਤਮਾ ਨੇ ਕਿਰਪਾ ਕੀਤੀ, ਕਪਰਾਲਾ ਕੀਤਾ ਔਰ ਤੁਸੀਂ ਸਹਿਯੋਗ ਦਿੱਤਾ, ਆਪਾਂ ਅੱਗੇ ਸਾਰੇ ਅੱਗੇ ਵਧੇ ਔਰ ਅੱਗੇ ਹੋਰ ਵਧਣੇ। ਪਰ ਜਿਹੜਾ ਸਾਡੇ ਸਮਾਜ ਦਾ ਤਾਣਾ ਬਾਣਾ ਉਹਦਾ ਉਲਝੇ ਹੈ, ਜਾਂ ਸਾਡੇ ਕਹਿ ਲਈਏ ਰਾਜਨੀਤਿਕ ਜਿਹੜੇ ਲੋਕ ਨੇ ਜਿਹੜੇ ਦੇਸ਼ ਨੂੰ ਚਲਾ ਰਹੇ ਨੇ, ਜਿਹੜੇ ਸੂਬੇ ਨੂੰ ਚਲਾ ਰਹੇ ਨੇ, ਇਹਨਾਂ ਦੀ ਜਿਹੜੀ ਸੋਚ ਹੈ ਉਹ ਕਾਫੀ ਬਦਲੀ ਹੈ। ਇੱਕ ਸੋਚ ਉਹ ਹੁੰਦੀ ਹੈ ਕਿ ਦੇਸ਼ ਨੂੰ ਚੰਗੇ ਪਾਸੇ ਲਿਜਾਣ ਵਾਸਤੇ ਬਦਲੇ ਉਹ ਸਾਡਾ ਭਲਾ ਕਰ ਸਕਦੀ ਹੈ, ਇੱਕ ਸੋਚ ਉਹ ਹੁੰਦੀ ਹੈ ਕਿ ਦੇਸ਼ ਨੂੰ ਤੋੜਨਾ ਚਾਹੁੰਦੇ ਹੋਣ ਮਾੜੇ ਪਾਸੇ ਲਿਜਾਣ, ਉਹ ਦੇਸ਼ ਲਈ ਘਾਤਕ ਹੋਇਆ ਕਰਦੀ ਹੈ। ਅੱਜ ਦੁੱਖ ਹੈ ਕਿ ਪੰਜਾਬ ਜਿਹੜਾ ਪੰਜਾਂ ਦਰਿਆਵਾਂ ਦੀ ਧਰਤੀ, ਪੰਜਾਬ ਦਾ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਂ ਹੈ ਔਰ ਪੰਜਾਬ ਦੇ ਲੋਕਾਂ ਦੀ ਭਾਵੇਂ ਕਿਸਾਨੀ ਹੈ ਭਾਵੇਂ ਇੰਡਸਟਰੀ ਹੈ ਉਹਦੀ ਬਹੁਤ ਵੱਡੀ ਦੇਣ ਹੈ ਦੇਸ਼ ਦੇ ਲਈ। ਇਹ ਮੈਂ ਗੱਲ ਤਾਂ ਕਹਿ ਰਿਹਾ ਕੋਈ
ਮੈਂ ਕਿਸੇ ਦੀ ਨੁਕਤਾ ਚਿੰਨ ਨਹੀਂ ਕਰ ਰਿਹਾ ਕਿਸੇ ਪਾਰਟੀ ਦੀ ਕਿਸੇ ਸਰਕਾਰ ਦੀ, ਕਿਉਂਕਿ ਮੈਂ ਆਪ ਇੱਕ ਪਾਰਟੀ ਦਾ ਇੱਕ ਸਰਕਾਰ ਦਾ ਅਨੁਰਾਧ। ਪਰ ਇਹ ਵੀ ਨਹੀਂ ਹੁੰਦਾ ਜੇ ਕੋਈ ਪਾਰਟੀ, ਜੇ ਕੋਈ ਸਰਕਾਰ, ਜੇ ਕੋਈ ਸਾਡਾ ਨੇਤਾ ਗਲਤ ਕੰਮ ਕਰ ਰਿਹਾ ਹੋਵੇ ਜਾਂ ਆਪਣੇ ਕਿੱਤੇ ਵਾਰਿਆਂ ਦੇ ਉੱਤੇ ਨਾ ਖੜਦਾ ਹੋਵੇ। ਮੇਰਾ ਖਿਆਲ ਕਹਿੰਦਾ ਇਹ ਵੀ ਸਾਡੇ ਲਈ ਚੰਗਾ ਨਹੀਂ ਹੋਊਗਾ ਜੇ ਮਾੜਾ ਕੰਮ ਕਰਨ ਵਾਲੀ ਜੇ ਪਿੱਠ ਥੱਪੜੀ, ਉਹ ਵੀ ਸਾਡੇ ਲਈ ਮਾੜਾ ਹੋਊਗਾ। ਮੈਂ ਜਿਹੜੀ ਪਹਿਲਾਂ ਕਿਹਾ ਕਿ ਇੱਕ ਚੰਗੇ ਕਿਰਦਾਰ ਵਾਲੇ ਲੋਕਾਂ ਦੀ ਲੋੜ ਹੈ, ਇਮਾਨਦਾਰ ਲੋਕਾਂ ਦੀ ਲੋੜ ਹੈ ਇਸ ਦੇਸ਼ ਨੂੰ, ਇਸ ਦੇਸ਼ ਨੂੰ ਸੱਚ ਨੂੰ ਸੱਚ ਕਹਿਣ ਵਾਲੇ ਲੋਕਾਂ ਦੀ ਲੋੜ ਹੈ। ਪਰ ਉਹ ਲੋਕ ਬਹੁਤ ਘੱਟ ਨੇ। ਅੱਜ ਪੰਜਾਬ ਦਾ ਇਹ ਹਾਲ ਕਿਉਂ ਹੋਇਆ ਜਿਹੜਾ ਹਾਲ ਅਸੀਂ ਦੇਖ ਰਹੇ ਹਾਂ? ਕੋਈ ਅੱਜ ਨਹੀਂ ਹੋਇਆ, 3 ਸਾਲ ਚ ਨਹੀਂ ਹੋਇਆ, 5 ਸਾਲ ਚ ਨਹੀਂ, 10 ਸਾਲ ਚ ਨਹੀਂ ਹੋਇਆ। ਬੜੇ ਸਮੇਂ ਤੋਂ ਲੈ ਕੇ, ਲੰਬੇ ਸਮੇਂ ਤੋਂ ਲੈ ਕੇ ਸਾਡਾ ਜਿਹੜਾ ਪੰਜਾਬ ਹੈ ਨਗਾਰ ਵਰਤ ਆਉਂਦਾ ਜਾ ਰਿਹਾ। ਕਿਉਂ ਆ ਰਿਹਾ? ਸਾਡੇ ਲੋਕਾਂ ਦੇ, ਸਾਡੇ ਰਾਜਨੀਤਿਕ ਲੋਕਾਂ ਦੀ ਕੋਈ ਵੀ ਹੋਣ, ਉਹਨਾਂ ਦੀ ਗਲਤ ਜਿਹੜੀ ਸੋਚ ਹੈ ਉਹਦੇ ਕਾਰਨ ਆ ਰਿਹਾ। ਮੈਂ ਸਿਰਫ ਬੱਚੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਬੱਚਿਆਂ ਨੂੰ ਇਸਦੇ ਰਾਹੀਂ, ਕਿਉਂਕਿ ਤੁਸੀਂ ਸਾਡਾ ਸਰਮਾਇਆ, ਇਸ ਪੰਜਾਬ ਦਾ ਭਵਿੱਖ ਹੋ, ਤੁਸੀਂ ਇਸ ਪੰਜਾਬ ਦੇ ਵਾਰਸ ਹੋ। ਤੁਹਾਡਾ ਹੱਕ ਬਣਦਾ ਹੈ, ਜਿੰਨੀ ਅੱਜ ਤੁਹਾਨੂੰ ਸੋਝੀ ਆਈ ਹੈ, ਜੋ ਹੋ ਸਕਦਾ ਹੈ ਜਦੋਂ 2002 ਦੇ ਵਿੱਚ ਪਹਿਲਾਂ ਸਰਕਾਰ ਆਈ, ਕਾਫੀ ਬੱਚਿਆਂ ਨੂੰ ਪਤਾ ਵੀ ਨਹੀਂ ਹੋਣਾ ਕਿ ਕਿਹੜੀ ਸਰਕਾਰ ਉਦੋਂ ਆਈ, ਤਾਂ ਉਹਨੂੰ ਮੇਰਾ ਖਿਆਲ ਸਰਕਾਰ ਦੇ ਕੰਮਾਂ ਕਰਨ ਦਾ ਪਤਾ ਨਹੀਂ ਹੋ ਸਕਦਾ। ਪਰ ਅੱਜ ਤੁਹਾਨੂੰ ਸੋਝੀ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਕਿਹਨਾਂ ਨੇ ਰਾਜ ਕੀਤਾ, ਅੱਜ ਕੌਣ ਰਾਜ ਕਰ ਰਿਹਾ ਹੈ, ਜਿਹੜੇ ਪਹਿਲੇ ਲੋਕ ਗੱਦੀ ਦੇ ਉੱਤੇ ਬੈਠੇ ਉਹ ਪੰਜਾਬ ਦੇ ਲੋਕਾਂ ਨੂੰ ਕੀ ਸੁਪਨਾ ਦਿਖਾ ਕੇ ਬੈਠੇ। ਉਹ ਤੋਂ ਤੁਸੀਂ ਬੜੇ ਵਾਕਫ ਹੋ, ਸਾਰੇ ਬੱਚੇ ਵਾਕਫ ਹੋ, ਸਿਆਣੇ ਹੋ, ਪੜ੍ਹਦੇ ਹੋ, ਪੜ੍ਹੇ ਲਿਖੇ ਹੋ, ਗੱਲਾਂ ਸੁਣਦੇ ਹੋ, ਟੈਲੀਵਿਜ਼ਨ ਵੀ ਦੇਖਦੇ ਹੋ, ਸੋਸ਼ਲ ਮੀਡੀਆ ਵੀ ਦੇਖਦੇ ਹੋ। ਪੰਜਾਬ ਦੇ ਲੋਕਾਂ ਨੇ ਸਰਕਾਰ ਕਿਉਂ ਬਦਲੀ? ਉਹਨੂੰ ਬਾਹਰਲਾ ਮੁਲਕ ਖਾ ਰਿਹਾ, ਕਿਉਂ ਖਾ ਰਿਹਾ? ਕਿਸੇ ਨੂੰ ਚੋ ਨਹੀਂ ਹੈ ਕਿਸੇ ਮਾਪੇ ਨੂੰ, ਕਿਸੇ ਮਾਂ ਬਾਪ ਨੂੰ ਕਿ ਆਪਦੀਆਂ ਜ਼ਮੀਨਾਂ ਜਾਇਦਾਦਾਂ ਨੂੰ ਵੇਚ ਕੇ ਆਪਦੇ ਬੱਚਿਆਂ ਨੂੰ ਆਪਦੇ ਨਾਲੋਂ ਵਿਛੋੜ ਕੇ, ਤੋੜ ਕੇ 7 ਸਮੁੰਦਰੋਂ ਪਾਰ ਭੇਜੇ। ਕਿਸੇ ਨੂੰ ਸ਼ੌਂਕ ਨਹੀਂ ਹੋਣਾ, ਕੋਈ ਬੱਚਾ ਵੀ ਨਹੀਂ ਚਾਹੁੰਦਾ ਕਿ ਮੈਂ ਆਪਦੇ ਮਾਪਿਆਂ ਤੋਂ ਦੂਰ ਜਾਵਾਂ, ਆਪਦੇ ਘਰ ਤੋਂ ਦੂਰ ਜਾਵਾਂ। ਇਹ ਕੁਛ ਹੋ ਕਿਉਂ ਰਿਹਾ? ਇਹ ਕੁਝ ਇਸ ਕਰਕੇ ਹੋ ਰਿਹਾ ਮੇਰੀ ਸਮਝ ਦੇ ਮੁਤਾਬਕ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਜਿਹੜਾ ਸਿਸਟਮ ਉਹ ਫੇਲ ਹੋ ਰਿਹਾ, ਕਿਉਂਕਿ ਇਹਨਾਂ ਬੱਚਿਆਂ ਨੇ ਦੇਖ ਲਿਆ ਕਿ ਜਿਹੜੇ ਬੱਚਿਆਂ ਨੇ ਡਿਗਰੀਆਂ ਕੀਤੀਆਂ, ਸਭ ਤੋਂ ਪਹਿਲਾਂ ਬੱਚੇ ਪੜ੍ਹੇ, ਚੰਗੀ ਵਿੱਦਿਆ ਪ੍ਰਾਪਤ ਵੀ ਕੀਤੀ ਹੈ, ਵਧੀਆ ਕੋਰਸ ਵੀ ਕਰੇ ਨੇ, ਅੱਜ ਰੁਜ਼ਗਾਰ ਤੋਂ ਬਿਨਾਂ ਦਰ ਦਰ ਦੀਆਂ ਠੋਕਰਾਂ ਖਾਂਦੇ ਪੈ ਰਹੇ ਨੇ, ਬੇਰੁਜ਼ਗਾਰ ਹੋ ਰਹੇ ਨੇ, ਕਿਸੇ ਨੂੰ ਨਸ਼ਿਆਂ ਦੀ ਲੱਤ ਲੱਗ ਗਈ, ਕੋਈ ਮਾੜੇ ਕੰਮਾਂ 'ਚ ਪੈ ਗਿਆ, ਕੋਈ ਚੋਰੀਆਂ 'ਚ ਪੈ ਗਿਆ, ਕੋਈ ਠੱਗੀਆਂ 'ਚ ਪੈ ਗਿਆ, ਕੋਈ ਡਾਕੇ ਮਾਰਨ ਲੱਗ ਗਿਆ, ਜਿਹੜੀ ਮਾੜੀ ਸੁਸਾਇਟੀ ਹੋ ਗਈ, ਉਹਦਾ ਕਾਰਨ ਕੀ ਹੋਇਆ? ਅੱਜ ਮਾਂ ਬਾਪ ਨੂੰ ਵੀ ਚਿੰਤਾ ਕਿ ਮੇਰਾ ਬੱਚਾ ਜਿਹੜਾ ਮਾੜੀ ਸੁਸਾਇਟੀ ਤੋਂ ਬਚ ਰਹੇ। ਹਰ ਇੱਕ ਬੱਚਾ ਵੀ ਚਾਹੁੰਦਾ ਹੈ ਕਿ ਇੱਥੇ ਪੜ੍ਹ ਲਿਖ ਕੇ ਕੋਈ ਫਾਇਦਾ ਨਹੀਂ ਹੈ, ਜਿਸ ਦੇਸ਼ ਦੇ ਵਿੱਚ, ਜਿਸ ਸੂਬੇ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ, ਅਸੀਂ ਸੇਫ ਨਹੀਂ ਹਾਂ, ਇੰਨੀ ਵੱਡੀ ਵਿੱਦਿਆ ਲੈ ਕੇ, ਘਰਦਿਆਂ ਦਾ ਐਡਾ ਵੱਡਾ ਖਰਚਾ ਕਰਾ ਕੇ,
ਸਾਨੂੰ ਨੌਕਰੀ ਦੀ ਗਰੰਟੀ ਨਹੀਂ ਹੈ ਕਿ ਅਸੀਂ ਮਾਪਿਆਂ ਦਾ ਪੇਟ ਭਰ ਸਕਾਂਗੇ ਨਹੀਂ ਭਰ ਸਕਾਂਗੇ। ਇਸ ਕਰਕੇ ਜਿਹੜੀ ਤੀਜੀ ਜਵਾਨੀ ਸਾਡੇ ਦੇਸ਼ਾਂ ਨੂੰ ਵਿਦੇਸ਼ਾਂ ਨੂੰ ਭੱਜ ਰਹੀ ਹੈ, ਇਹ ਸਾਡੇ ਲਈ ਸਾਰਿਆਂ ਲਈ ਬਹੁਤ ਚਿੰਤਾ ਦਾ ਵਿਸ਼ਾ। ਅਸੀਂ ਬੱਚਿਆਂ ਨੂੰ ਪਿਆਰ ਕਰਦੇ ਹਾਂ, ਲਾਡ ਕਰਦੇ ਹਾਂ, ਪੜ੍ਹਾਉਂਦੇ ਹਾਂ। ਵੱਡੇ ਸਾਡੇ ਬੱਚੇ ਹੁੰਦੇ ਨੇ, ਕਾਹਦੇ ਕਰਕੇ ਕਿ ਜਿਹੜੇ ਬੱਚੇ ਨੇ ਮਾਂ ਬਾਪ ਦੀ ਡੰਗੋਰੀ ਹੁੰਦੇ ਨੇ, ਬੁਢਾਪੇ ਦੇ ਵਿੱਚ ਉਹਦੇ ਕੰਮ ਆਉਂਦੇ ਨੇ। ਇਸ ਕਰਕੇ ਜੀ ਬੋਲੋ, ਇਸ ਕਰਕੇ ਦਾ ਦੋਸ਼ੀ ਬਣੇ ਦੇ ਦੋਸ਼ੀ ਸਰਕਾਰਾਂ ਨੇ, ਇਹਦੇ ਦੋਸ਼ੀ ਅਸੀਂ ਨਹੀਂ ਹੈਗੇ। ਇਸ ਕਰਕੇ ਮੈਂ ਸੁਨੇਹਾ ਦੇਣ ਦਾ ਯਤਨ ਕਰ ਰਿਹਾ ਕਿ ਬੱਚਿਆਂ ਨੂੰ ਆਪਦੇ ਪੈਰਾਂ ਦੇ ਉੱਤੇ ਆਪ ਖੜਾ ਹੋਣਾ ਪਊਗਾ। ਕੋਈ ਵੀ ਮਾੜਾ ਕਰ ਰਿਹਾ ਉਹਦੇ ਖਿਲਾਫ਼ ਆਪਦੀ ਆਵਾਜ਼ ਆ ਜਿਹੜੀ ਸਾਨੂੰ ਬੁਲੰਦ ਕਰਨੀ ਪਊਗੀ। ਕੋਈ ਵੀ ਸਰਕਾਰ, ਕੋਈ ਵੀ ਪਾਰਟੀ ਜਿਹੜੇ ਨਾਅਰੇ ਲਾ ਕੇ, ਜਿਹੜੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਉਂਦੀ ਹੈ, ਉਹਨੂੰ ਸਵਾਲ ਜ਼ਰੂਰ ਕਰਨਾ ਬਣਦਾ ਹੈ। ਉਹਨੂੰ ਸਵਾਲ ਜ਼ਰੂਰ ਕਰਿਆ ਕਰੋ ਕਿ ਤੁਸੀਂ ਸਾਡੇ ਨਾਲ ਆ ਵਾਅਦਾ ਕੀਤਾ, ਸਾਡੇ ਨਾਲ ਆ ਨਾਰਾ ਲਾਇਆ, ਘਰ ਘਰ ਨੌਕਰੀ ਦਾ ਨਾਰਾ ਲਾਇਆ, ਤੇ ਸਾਨੂੰ ਦੱਸ ਦਿਓ 3 ਸਾਲਾਂ ਦੇ ਵਿੱਚ ਨੌਕਰੀ ਕਿੰਨੇ ਕੁ ਲੋਕਾਂ ਨੂੰ ਦਿੱਤੀ। ਤੁਹਾਡਾ ਸਵਾਲ ਕਰਨਾ ਬਣਦਾ ਹੈ। 5 ਸਾਲਾਂ ਬਾਅਦ ਚੋਣਾਂ ਆਉਣੀਆਂ ਨੇ, ਤੁਸੀਂ ਹੱਕਦਾਰ ਹੋ। ਤੁਹਾਡੇ ਨਾਲ ਜਿਹੜੇ ਪਾਰਟੀ ਨੇ ਵਾਅਦੇ ਕੀਤੇ ਨੇ, ਜਿਹੜੇ ਲੋਕਾਂ ਨੇ ਵਾਅਦੇ ਕੀਤੇ ਨੇ, 5 ਸਾਲ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਇਹ ਜਿਹੜੇ ਸਵਾਲਾਂ ਦੇ ਜਵਾਬ ਤੁਸੀਂ ਜ਼ਰੂਰ ਪੁੱਛਦੇ। ਬੇਸ਼ੱਕ ਅੱਜ ਮੈਂ ਇੱਥੋਂ ਬੋਲ ਰਿਹਾ ਕਿਉਂਕਿ ਮੈਂ ਹਮੇਸ਼ਾ ਜਿੱਥੇ ਵੀ ਕਿਤੇ ਬੋਲਿਆ, ਮੈਂ ਕਦੇ ਵੀ ਕੋਈ ਪਾਰਟੀ, ਭਾਵੇਂ ਮੈਂ ਕਾਂਗਰਸ ਦਾ ਇੱਕ ਨੁਮਾਇੰਦਾ ਕਾਂਗਰਸ ਪਾਰਟੀ 'ਚ ਕੰਮ ਕਰ ਰਿਹਾ, ਪਰ ਮੇਰੀ ਇਹ ਜ਼ਿੰਮੇਵਾਰੀ ਨਹੀਂ ਹੈਗੀ ਕਿ ਜੇ ਮੇਰੀ ਪਾਰਟੀ ਵਾਅਦੇ ਪੂਰੇ ਨਹੀਂ ਕਰ ਰਹੀ ਕਿ ਮੈਂ ਆਪਣੀ ਪਾਰਟੀ ਦੀ ਪਿੱਠ ਪਿੱਠ ਥੱਪੜਾਂ। ਮੇਰੀ ਜ਼ਿੰਮੇਵਾਰੀ ਬਣਦੀ ਇੱਕ ਨਾਗਰਿਕ ਹੋਣ ਦੇ ਤੌਰ ਦੇ ਉੱਤੇ, ਇੱਕ ਇਮਾਨਦਾਰੀ ਦੇ ਉੱਤੇ, ਇੱਕ ਸੱਚ ਬੋਲਣ ਦੇ ਉੱਤੇ ਕਿ ਮੈਂ ਜਿੱਥੇ ਗਲਤ ਹੋ ਰਿਹਾ ਉਹਨੂੰ ਮੈਂ ਗਲਤ ਕਹਿਣ ਦੀ ਆਪਣੀ ਹਿੰਮਤ ਰੱਖਾਂ। ਮੈਂ ਤਾਂ ਕਹਿ ਰਿਹਾ ਤੁਹਾਨੂੰ, ਇੱਕ ਪਹਿਲਾਂ ਇੱਕ ਚੰਗੇ ਕਿਰਦਾਰ ਦੀ ਲੋੜ ਹੈ ਔਰ ਚੰਗੇ ਇਨਸਾਨ ਬਣਨ ਦੀ ਪਹਿਲਾਂ ਲੋੜ ਹੈ, ਬਾਕੀ ਦੀਆਂ ਗੱਲਾਂ ਸਾਰੀਆਂ ਵੱਧ ਨੇ। ਕੁਛ ਗਿਆਨ ਕਿਤਾਬਾਂ ਦੇ ਵਿੱਚੋਂ ਮਿਲਦਾ ਹੈ, ਕੁਛ ਜਿਹੜਾ ਗਿਆਨ ਹੈ ਲੋਕਾਂ ਦੇ ਵਿੱਚ ਵਿਚਰ ਕੇ ਮਿਲਦਾ ਹੈ, ਕੁਛ ਜਿਹੜਾ ਗਿਆਨ ਹੈ ਲੋਕਾਂ ਤੋਂ, ਚੰਗੇ ਸਿਆਣੇ ਲੋਕਾਂ ਤੋਂ ਸੁਣ ਕੇ ਮਿਲਦਾ ਹੈ, ਕੁਛ ਜਿਹੜਾ ਗਿਆਨ ਹੈ ਪ੍ਰੈਕਟੀਕਲ ਕਰਕੇ ਮਿਲਦਾ ਹੈ। ਅੱਜ ਮੈਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਪੰਜਾਬ ਹੈ, ਇਹ ਲੀਡਰਾਂ ਤੋਂ ਆਸ ਨਾ ਕਰਿਓ ਕਿ ਪੰਜਾਬ ਨੂੰ ਲੀਡਰ ਬਚਾਉਣਗੇ। ਜਿਹੜਾ ਸਾਡਾ ਭਵਿੱਖ ਹੈ, ਆਸ ਨਾ ਕਰਿਓ ਕਿ ਅਸੀਂ ਬਚਾਵਾਂਗੇ, ਲੀਡਰ ਬਚਾਵਾਂਗੇ। ਕਿਸੇ ਨੇ ਬਚਾਉਣਾ ਹੈ, ਆਪਦੇ ਆਪ ਨੂੰ, ਆਪਦੇ ਪਰਿਵਾਰਾਂ ਨੂੰ ਅਸੀਂ ਆਪ ਬਚਾਉਣਾ ਹੈ, ਆਪ ਬਚਾਉਣ ਦੀ ਕੋਸ਼ਿਸ਼ ਅਸੀਂ ਸਾਰੇ ਕਰੀਏ। ਮੈਂ ਤਾਂ ਇੱਕ ਕੋਸ਼ਿਸ਼ ਕਰ ਰਿਹਾ, ਇੱਕ ਸੱਚ ਦੇ ਉੱਤੇ ਪਹਿਰਾ ਦੇਣ ਦੀ, ਇੱਕ ਸੱਚ ਆਵਾਜ਼ ਬੁਲੰਦ ਕਰਨ ਦੀ, ਇੱਕ ਇਮਾਨਦਾਰੀ ਦੇ ਨਾਲ ਇਹ ਕਹਿ ਦਈਏ ਕਿ ਆਪਦੇ ਇਲਾਕੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਭਾਵੇਂ ਮੈਂ ਅੱਜ ਵੀ ਦੜਵੇ ਕੰਮ ਕਰ ਰਿਹਾ, ਭਾਵੇਂ ਦੂਜੇ ਇਲਾਕੇ ਦੇ ਵਿੱਚ ਵੀ ਜਾ ਕੇ ਕੰਮ ਕਰ ਰਿਹਾ, ਔਰ ਮੈਨੂੰ ਖੁਸ਼ੀ ਹੈ ਕਿ ਜਿੱਥੇ ਮੈਂ ਅੱਜ ਵੀ, ਤੁਸੀਂ ਸਾਰੇ ਨੇ ਬੜੀ ਮਿਹਨਤ ਦੇ ਨਾਲ, ਤੁਸੀਂ ਕੰਮ ਵੀ ਛੱਡਿਆ ਉੱਥੇ ਜਾ ਕੇ, ਨਹੀਂ ਦੂਜੇ ਇਲਾਕੇ ਦੇ ਵਿੱਚ ਜਾ ਕੇ ਬੜਾ ਔਖਾ ਹੁੰਦਾ ਹੈ ਸਮਾਂ ਲੈਣਾ ਜਾਂ ਵਿਧਾਇਕ ਬਣਨਾ। ਤੁਸੀਂ ਸਾਰੇ ਨੇ ਕੋਸ਼ਿਸ਼ ਕੀਤੀ, ਮਿਹਨਤ ਕੀਤੀ, ਮੈਨੂੰ ਉੱਥੇ ਮੌਕਾ ਸੇਵਾ ਕਰਨ ਦਾ ਮਿਲਿਆ, ਪਰ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਦੜਵੇ ਇਲਾਕੇ ਦਾ, ਦੜਵੇ ਇਲਾਕੇ ਦੇ ਇਰਦ ਗਿਰਦ ਜਿਹੜੇ ਮੇਰੇ ਸੱਜਣ ਮਿੱਤਰ ਦੋਸਤ ਨੇ, ਉਹਨਾਂ ਦਾ ਜਿਹੜਾ ਸਿਰ ਹੈ ਉਹਨੂੰ ਉੱਚਾ ਰੱਖਣ ਦੀ ਕੋਸ਼ਿਸ਼ ਕਰਾਂ। ਉੱਚਾ ਇਸ ਕਰਕੇ ਆਏ ਹੈ ਜੇ ਮੈਂ ਇਮਾਨਦਾਰੀ ਦੇ ਨਾਲ ਉਸ ਇਲਾਕੇ ਦੇ ਵਿੱਚ ਕੰਮ ਕਰੂੰਗਾ, ਸੱਚ ਦੀ ਆਵਾਜ਼ ਬੁਲੰਦ ਕਰੂੰਗਾ, ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖੂੰ, ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖੂੰਗਾ, ਤਾਂ ਮੇਰੇ ਦੜਵੇ ਜਿਹੜਾ ਪਿੰਡ ਹੈ ਉਹਦਾ ਰੂਪ, ਜਿਹੜਾ ਨਾਂ ਹੈ, ਦੂਜੇ ਹਲਕੇ ਦੇ ਜਾ ਕੇ ਰੋਸ਼ਨ ਹੋ ਸਕੂਗਾ। ਸਿਰਫ ਮੇਰਾ ਇਹ ਤੁਹਾਨੂੰ ਸੁਨੇਹਾ, ਆਪਦੇ ਆਪ ਨੂੰ ਆਪਾਂ ਆਪ ਸੰਭਾਲ ਸਕਦੇ ਹਾਂ, ਆਪਦੇ ਇਲਾਕੇ ਨੂੰ ਆਪ ਬਚਾ ਸਕਦੇ ਹਾਂ। ਪੰਜਾਬ ਜਿਹੜਾ ਸਾਡਾ, ਤੁਸੀਂ ਭਵਿੱਖੋਂ, ਤੁਸੀਂ ਸਾਰਿਆਂ ਨੇ ਬਚਾਉਣਾ। ਤੁਹਾਡੇ ਅੱਗੇ ਸੀ ਬੇਨਤੀ, ਮੈਂ ਅਰਦਾਸ ਕਰ ਸਕਦਾ ਕਿ ਤੁਸੀਂ ਸਾਰੇ ਤਾਕੜੇ ਹੋ, ਦਲੇਰ ਬਣੋ,
ਚੰਗੀ ਵਿੱਦਿਆ ਪ੍ਰਾਪਤ ਕਰੋ, ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖੋ, ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖੋ, ਜੋ ਬੰਦਾ ਗਲਤ ਕਰਦਾ ਉਹਨੂੰ ਗਲਤ ਕਹੋ, ਜੋ ਸਹੀ ਹੈ ਉਹਦੀ ਤੁਸੀਂ ਹਮਾਇਤ ਕਰੋਗੇ। ਅੱਜ ਮੈਂ ਸੁਨੇਹਾ ਤੁਹਾਨੂੰ ਦੇਣਾ ਚਾਹੁੰਦਾ। ਵੈਸੇ ਤਾਂ ਮੇਰਾ ਖਿਆਲ ਹੈ ਐਤਵਾਰ ਨੂੰ 26 ਜਨਵਰੀ ਹੈ। ਇਹੋ ਜਿਹੜੇ ਸੁਨੇਹੇ ਨੇ ਉਹਨਾਂ ਕੰਮਾਂ ਦੇ ਉੱਤੇ ਮੇਰਾ ਖਿਆਲ ਹੈ ਉਹਨਾਂ ਮੌਕਿਆਂ ਦੇ ਉੱਤੇ ਚੰਗੇ ਲੱਗਦੇ ਨੇ, ਪਰ ਫਿਰ ਵੀ ਉਹ ਮੌਕਾ ਮੇਰਾ ਖਿਆਲ ਕਹਿੰਦਾ ਕਿਉਂਕਿ ਅਜੇ 2 ਦਿਨ ਬਾਅਦ ਆਉਣਾ ਇਹ ਸਮਾਗਮ ਅੱਜ ਹੈ। ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਇੱਕ ਮੈਸੇਜ ਦੇ ਸਕਾਂ, ਇੱਕ ਸੁਨੇਹਾ ਦੇ ਸਕਾਂ ਕਿ ਆਪਾਂ ਸਾਰੇ ਰਲ ਕੇ ਆਪਣੇ ਪੰਜਾਬ ਨੂੰ ਬਚਾਈਏ, ਆਪਣੇ ਪਰਿਵਾਰਾਂ ਨੂੰ ਬਚਾਈਏ, ਤਾਂ ਜੋ ਅਸੀਂ ਇੱਕ ਚੰਗੇ ਭਵਿੱਖ ਦੇ ਹਾਣੀ ਅਸੀਂ ਸਾਰੇ ਬਣ ਰਹੀ। ਮੈਂ ਤੁਹਾਤੋਂ ਸਾਰਿਆਂ ਤੋਂ ਆਸ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਸਾਥ ਦਿੰਦੇ ਰਹੋ, ਔਰ ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹਿਣੀ ਹੈ ਕਿ ਸੱਚ 'ਤੇ ਔਰ ਸੱਚ ਦੇ ਉੱਤੇ ਪਹਿਰਾ ਦੇ ਕੇ ਚੱਲਣ ਦੀ ਮੈਂ ਕੋਸ਼ਿਸ਼ ਕਰੂੰਗਾ। ਤੁਸੀਂ ਸਾਰੇ ਇਸੇ ਤਰ੍ਹਾਂ ਸਾਥ ਦਿੰਦੇ ਰਹੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਆਵਾਜ਼ ਬਣ ਕੇ ਆਪਦੀ ਜਿਹੜੀ ਆਵਾਜ਼ ਹੈ ਬੁਲੰਦ ਕਰਦੇ ਰਹਾਂਗੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰੇ ਪਿਆਰ ਦੇ ਰਹੇ ਹੋ, ਸਾਥ ਦੇ ਰਹੇ ਹੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156-0885 'ਤੇ।